ਸੰਗਰੂਰ ਰੇਲਵੇ ਸਟੇਸ਼ਨ ਦੇ ਉੱਪਰ 1 ਕਰੋੜ 75 ਲੱਖ ਰੁਪਏ ਦੀ ਲੁੱਟ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸਦੀ ਕਿ 4 ਤਰੀਕ ਨੂੰ ਸਵੇਰੇ 3 ਤੇ 4 ਦੀ ਰਾਤ ਨੂੰ ਸੰਗਰੂਰ ਦੇ ਰੇਲਵੇ ਸਟੇਸ਼ਨ ਦੇ ਉੱਪਰ ਦਿੱਲੀ ਤੋਂ ਇੱਕ ਟ੍ਰੇਨ ਆਉਂਦੀ ਆ ਜਿਹਦੇ ਵਿੱਚ ਇੱਕ ਕੁਰੀਅਰ ਸਰਵਿਸ ਵਾਲਾ ਜਿਹਨਾਂ ਦੀ ਡਿਊਟੀ ਹੁੰਦੀ ਹੈ ਇੱਕ ਕੰਪਨੀ ਆ ਪ੍ਰਾਈਵੇਟ ਜਿਹੜੀ ਕਿ ਸੋਨਾ ਲੈ ਕੇ ਦਿੱਲੀ ਤੋਂ ਪੰਜਾਬ ਦੇ ਵਿੱਚ ਸਪਲਾਈ ਕਰਦੀ ਆ ਇੱਕ ਨੌਜਵਾਨ ਜਿਹੜਾ 19-20 ਸਾਲ ਦਾ ਸੀ ਉਹ ਦਿੱਲੀ ਤੋਂ ਤਕਰੀਬਨ ਪੌਣੇ 4 ਕਿਲੋ ਸੋਨਾ ਲੈ ਕੇ ਆ ਰਿਹਾ ਸੀ ਜਦੀ ਕੀਮਤ ਪੌਣੇ 2 ਕਰੋੜ 1 ਕਰੋੜ 75 ਲੱਖ ਦੱਸੀ ਜਾ ਰਹੀ ਆ ਦੋ ਪੁਲਿਸ ਮੁਲਾਜ਼ਮ ਵਰਦੀ ਦੇ ਪਚਾਉਂਦੇ ਨੇ ਤੇ ਦੋ ਪੁਲਿਸ ਮੁਲਾਜ਼ਮ ਦੇ ਨਾਲ ਇੱਕ ਸਿਵਲ ਬੰਦਾ ਹੁੰਦਾ ਜਿਹੜਾ ਉਸ ਨੌਜਵਾਨ ਨੂੰ ਆ ਕੇ ਉਹਦੀ ਆਈਡੈਂਟੀਟੀ ਪੁੱਛਦਾ ਤਲਾਸ਼ੀ ਲੈਂਦਾ ਤੇ ਚੱਲਦੀ ਟ੍ਰੇਨ ਦੇ ਵਿੱਚੋਂ ਖਿੜਕੀ ਦੇ ਕੋਲ ਉਹ ਲੈ ਕੇ ਆਉਂਦੇ ਨੇ ਨੌਜਵਾਨ ਨੂੰ ਤੇ ਉਹਦੇ ਦੋ ਸੋਨੇ ਦੇ ਭਰੇ ਹੋਏ ਜਿਹੜੇ ਬੈਗ ਨੇ ਉਹ ਖੋ ਕੇ ਫਰਾਰ ਹੋ ਜਾਂਦੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਕਿ ਪੂਰੀ ਜਿਹੜੀ ਘਟਨਾਕ੍ਰਮਾ ਉਹ ਕਿਸ ਤਰੀਕੇ ਨਾਲ ਹੋਈ ਹੈ ਕਿਉਂਕਿ ਦੋ ਪੁਲਿਸ ਮੁਲਾਜ਼ਮ ਜਿਹੜੇ ਦੱਸੇ ਜਾ ਰਹੇ ਨੇ ਇਸ ਘਟਨਾ ਦੇ ਵਿੱਚ खुद सी आपका नाम क्या है भाई साहब राजू नाम राजू जी उम्र कितनी है आपकी जी बीस साल के करीब है बीस साल है राजू जी घटना क्या हुई आप दिल्ली से बता रहे हो सोना लेके आ रहे थे कितना सोना था कितने बैग थे और पूरी घटनाक्रम हुआ कैसे जी दो बैग थे उनमें मतलब काफ़ी कीमती सामान था और जैसे तरह संगरूर रुकी स्टेशन पे तो रवाना होने वाली थी उससे पाँच मिनट पहले ये सब घटना हो गई दो पुलिस वाले आए थे पुलिस की वर्दी में थे उन लोगों ने मुझसे कहा मैं आपकी चेकिंग करूँगा आप डेली दिल्ली जाते हो रोजाना क्या लाते हो क्या है कुछ तो उन लोगों ने चेकिंग की बहाने पहले मेरे मोबाइल को छीन लिया फिर उन्होंने चेकिंग की मोबाइल चेप वगैरह संभाले और मैंने बैग नहीं चेक कराया तो उन लोगों ने मतलब एक तीसरा बंदा आया वो उसकी शक्ल नहीं देखाया और एक बंदे को मैंने कन्फर्म कर दिया है तो चल रहे थे क्या तो और इन मतलब उन लोगों ने छीन के धक्का मुक्की करके वो भाग पहले आपकी आईडी वगैरह चेक की तलाशी ली उसके बाद धक्का मुक्की की आपके साथ हाँ जी तो उसके बाद चोरी कैसे हुई लूट कैसे हुई आपके साथ जी वो धक्का मुक्की की और उन लोगों ने छीन के झपेटे से छीन के वो मेरे बैग लेके कूद गए मुझे धक्का देके वहीं पे गिरा दिया ट्रेन ट्रेन रवाना, ना। रवाना थी उस वक्त राजू जी आपको पता था कि बैग में पौने दो करोड़ रुपए का सोना है जी मुझे पता था कीमती सामान है उस डिक्लेयर नहीं कर पा रहा हूँ कितनी वैल्यू थी उसमें जी तो कैसे मतलब लगता है कि हाँ शुरू से ट्रैक कर रहे थे वो बंदे पहले पूरे रास्ते दौरान आपने देखे दिल्ली से लेकर संगरूर तक कहीं जगह पर नहीं जी पहली बार देखे थे मैंने उसे संगरूर रेलवे स्टेशन पर आके देखा मुझे हाँ जी ਪਾ ਇੱਕ ਵੱਡੀ ਲੁੱਟ ਜਿਹਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਨਾਲ ਦੀ ਨਾਲ ਐਕਸ਼ਨ ਲਿਆ ਗਿਆ ਉਸੇ ਵਕਤ ਕਿਉਂਕਿ ਜਿਹੜਾ ਬੈਗ ਸੀ ਉਹਦੇ ਵਿੱਚ ਜਿਹੜਾ ਉਹਦੀ ਪੂਰੀ ਜਿਹੜੀ ਲੋਕੇਸ਼ਨ ਟ੍ਰੈਕ ਟ੍ਰੈਕ ਹੋ ਰਹੀ ਸੀ ਜੀਪੀਐਸ ਉਹਦੇ ਵਿੱਚ ਸੀ ਸਰ ਕਿਸ ਤਰੀਕੇ ਨਾਲ ਦੇਖਦੇ ਹਾਂ ਤੁਹਾਨੂੰ ਜਾਣਕਾਰੀ ਕਿਵੇਂ ਮਿਲੀ ਤੇ ਪੁਲਿਸ ਦਾ ਐਕਸ਼ਨ ਕਿਵੇਂ ਸਾਹਮਣੇ ਆਇਆ ਇਹਨੇ 250 ਦਾ ਯਾਤਕ ਟ੍ਰੇਨ ਜਾ ਕੇ ਰੁਗੀ ਤੇ ਇਹ ਦੋ ਨੰਬਰ ਤੇ ਇਹ ਲੜਕਾ ਰਾਜੂ ਨਾਮ ਦੇ ਇਹਦੇ ਵੀ ਤਿੰਨੇ ਬੰਦੇ ਦੋ ਬਲਦੀ ਵਿੱਚ ਸੀਗੇ ਇੱਕ ਸਿਵਲ ਰੈਸਟ ਚ ਪਹਿਲਾਂ ਆ ਕੇ ਤਸਵੀਰ ਲਈਦੀ ਅਲਸੇ ਦੇ ਬਣੀ ਕੋ ਮਰ ਫੋਨ ਸੀ ਕੰਪਨੀ ਲੈ ਲੈ ਉਹਨਾਂ ਨੇ ਉਸ ਤੋਂ ਬਾਅਦ ਕੋਲ ਦੋ ਬੈਗ ਸੀਗੇ ਉਹ ਸੁਣਾ ਦੱਸ ਰਹੇ ਸੋਨਾ ਸੀਗਾ ਤੋਂ ਨੇ ਬੈਗ ਖੋਲੇ ਪੇਟੇ ਚੱਲ ਲੱਗੀ ਤੇ ਨਾਲ ਤੱਕਾ ਮਾਰ ਨਿਚੇ ਜਾਂਦੇ ਹਟ ਗਿਆ ਤੇ ਅੰਦਰ ਆਪ ਕੰਟੀਨਜੈਂਸੀ ਸਰਕਾਰ ਕੋਲ 빨리 ਟ੍ਰੇਨ ਚਾਲ ਮਾਰੀ ਮਤਲਬ ਤੁਹਾਡੇ ਕੋਲੇ ਕੰਪਲੇਨਟ ਕਦੋਂ ਪਹੁੰਚੀ ਹੈ ਕਦੋਂ ਇਹਨਾਂ ਨੇ ਤੁਹਾਡੇ ਕੋਲ ਪਹੁੰਚ ਕੀਤੀ ਹੈ ਡਿਊਟੀ ਲਾਈਨ ਡਿਊਟੀ ਹੱਟੇ ਪੈ ਲੱਗਾ ਸੀਗਾ ਥੋੜੀ ਦੇਰ ਬਾਅਦ ਹਟ ਗਿਆ ਇਹਨਾਂ ਨੇ ਦੱਸਿਆ ਵੀ ਆਏ ਕਿ ਉਹ ਜਿਹੜੇ ਨਾ ਬੈਗ ਹੈ 14 ਕੋ ਜੀਪੀਐਸ ਸੇ ਲੁਕਿਆ ਹੋਇਆ ਹੈ ਉਧਰ ਆਹੀ ਫਰੈਸੀ ਸਮਰਕਰਨ ਦੀ ਗੱਲ ਦੇ ਚਲੋ ਵੀ ਪਤਾ ਲੱਗਿਆ ਵੀ ਗੱਡੀ ਇੱਥੇ ਬੰਦ ਗਈ ਅਸੀਂ ਆਪਣੇ ਬੰਦੇ ਲਾਏ ਨਾਲ ਬਨਾਲਾ ਦੇ ਚੌਕੀ ਚ ਆ ਲੱਗੇ ਸੁਖਪਾਲ ਸਿੰਘ ਕਿਤੇ ਕਿਤੇ ਨਾਕੇ ਲੱਗੇ ਜਿਵੇਂ ਤੁਸੀਂ ਜਾਣਕਾਰੀ ਦਿੱਤੇ ਵੀ ਚਾਰੇ ਤਰਫ ਪੁਲਿਸ ਨੇ ਨਾਲ ਦੇਣਾ ਜਾਲ ਪਛਾਤਾ ਬਿਲਕੁਲ ਨਹੀਂ ਹੰਡਾਇਆ ਚੌਕ ਤੇ ਐਸਜੀ ਸੁਖਪਾਲ ਸਿੰਘ ਉਹ ਜ਼ਿਲ੍ਹਾ ਪੁਲਿਸ ਦੇ ਪੀਆ ਨਾਲ ਪੀਆ ਨਾਲ ਲੈ ਕੇ ਉਸ ਤੋਂ ਬਾਅਦ ਤਪੇ ਫਿਰ ਅੱਗੇ ਜਿੱਥੇ ਆਪਣਾ ਟ੍ਰੋਪਲੇ ਆਉਂਦਾ ਟ੍ਰੋਪਲੇ ਦੇ ਪਹਲਾ ਗੱਡੀ ਦਾ ਗੱਡੀ ਨੰਬਰ ਦਾ ਵੀ ਆ ਗੱਡੀ ਤੇ ਲੰਗੀ ਆ ਇਹ ਇਹ ਗੱਡੀ ਚ ਬੰਦੇ ਲੱਗੋ ਉਹ ਉਹਦੇ ਬਾਅਦ ਅੱਗੇ ਵੱਡਾ ਪੁਲਿਸ ਨੇ ਤਫਲਾ ਤਰਾਹ ਕੀਤੀ ਵਿਗਲੀ ਨੰਬਰ ਪੀ ਵੀ 1510 2747 20 ਲੌਣਾ ਬੀ ਕਰਨ ਵਾਲੇ ਠੀਕ ਹੈ ਜੀ ਠੀਕ ਹੈ ਜੀ ਤਾਂ ਉੱਥੇ ਹੱਥੋ ਪਾਈ ਤੋਂ ਬਾਅਦ ਫਿਰ ਬੰਦੇ ਫੜੇ ਗਏ ਜਾਂ ਸੋਨਾ ਫੜੇ ਗਏ ਉਹ ਕਿ ਨਹੀਂ ਸੋਨਾ ਫੜਾ ਗਏ ਉੱਥੇ ਜੀ ਮੌਕੇ ਤੇ ਚਲੋ ਪੁਲਿਸ ਨੇ ਬਹੁਤ ਮਿਸ਼ਲਾ ਪੁਲਿਸ ਵੀ ਪਹੁੰਚ ਮਦਦ ਕੀਤੀ ਉਹਨਾਂ ਨੇ ਉਹਨਾਂ ਨੇ ਮੌਕੇ ਤੇ ਵੀ ਬੰਦੇ ਭੱਜ ਗਏ ਨਹੀਂ ਫੜੇ ਗਏ ਬਾਜੀ ਫਲੇਕੀ ਸਰ ਉਹ ਜਿਹੜੇ ਪੁਲਿਸ ਮੁਲਾਦਮ ਨੇ ਉਹ ਤਾਂ ਕਿਦਾਂ ਦੇ ਟਰੈਕ ਹੋ ਜਾਣਗੇ ਜਿਵੇਂ ਤੁਸੀਂ ਦੱਸਿਆ ਉਹ ਮਤਲਬ ਔਨ ਡਿਊਟੀ ਸੀ ਜ਼ਿਲ੍ਹਾ ਪੁਲਿਸ ਦੀ ਕਿਵੇਂ ਸੀ ਨਹੀਂ ਜੀ ਹਾਂ ਜੀ ਪਤਾ ਲੱਗਿਆ ਵੀ ਦੋ ਜ਼ਿਲ੍ਹਾ ਪੁਲਿਸ ਦੇ ਕਰਮਚਾਰੀ ਸੀ ਉਹ ਠੀਕ ਹੈ ਮੁਕਸਾ ਜ਼ਿਲ੍ਹਾ ਪੁਲਿਸ ਦੇ ਦੋ ਉਹਨਾਂ ਦੇ ਕਰਮਚਾਰੀ ਸੀ ਬਾਕੀ ਵੀ ਉਹਨਾਂ ਨਾਲ ਤਾਲਮਲ ਕਰ ਰਹੇ ਸੀ ਜ਼ਿਲ੍ਹਾ ਪੁਲਿਸ ਨਾਲ ਉੱਥੇ ਅੱਜ ਅਸੀਂ ਜਾ ਰਹੇ ਹਾਂ ਕੁਲਦੀਪ ਸਿੰਘ ਜਾ ਕੇ ਵੀ ਜਿਹੜੇ ਵੀ ਜੋ ਵੀ ਉਹਨਾਂ ਦੇ ਕੋਲੇ ਕੋਈ ਪ੍ਰੂਫ ਲਵਾਂਗੇ ਅਸੀਂ ਉਹਨਾਂ ਤੋਂ ਅਗੇ ਹੋਲ ਨਹੀਂ ਹੋਣਾ ਚੇਨ ਕਰਨ ਵਾਸਤੇ ਵੀ ਕੀਮੇ ਚੋਰੀ ਹੋਇਆ ਕਿੱਥੋਂ ਚੋਰੀ ਹੋਇਆ ਪਰ ਕੁਝ ਕਿ ਘੰਟੇ ਦੇ ਵਿੱਚ ਹੀ ਆਪਾਂ ਸੋਨਾ ਦੁਬਾਰਾ ਆਪਣੇ ਗ੍ਰਿਫਤ ਚ ਲੈ ਲਿਆ ਹਾਂਜੀ ਹਾਂ ਇਹ ਭੰਡਾ ਪੁਲਿਸ ਲਾ ਲਓ ਤੁਸੀਂ ਵੀ ਜੀਆਰਪੀ ਪੁਲਿਸ ਨਾਲ ਵੀ ਇਹ ਇਹ ਤਾਲਣ ਕਰਕੇ ਨਾ ਜਲਦੀ ਵੀ ਕਾਬੂ ਮੈਂ ਆਪਣੇ ਵੀ ਸੋਨਾ ਬ੍ਰਾਂਦ ਹੋ ਗਿਆ ਹੂੰ ਤਾਂ ਬਿਲਕੁਲ ਕੁਝ ਹੀ ਸਮੇਂ ਦੇ ਵਿੱਚੋਂ ਪੁਲਿਸ ਦੇ ਵੱਲੋਂ ਜਿਹੜਾ ਸਾਰਾ ਕੇਸ ਆ ਟਰੈਕ ਕਰ ਲਿਆ ਗਿਆ ਸੰਗਰੂਰ ਰੇਲਵੇ ਸਟੇਸ਼ਨ ਦੇ ਉੱਪਰ ਜਦੋਂ ਦਿੱਲੀ ਤੋਂ ਜਿਹੜਾ ਕੋਰੀਅਰ ਸਰਵਿਸ ਦਾ ਮੁਲਾਜ਼ਮ ਆ ਉਹ ਪੌਣੇ 2 ਕਰੋੜ ਰੁਪਏ ਦਾ ਸੋਨਾ ਤਕਰੀਬਨ ਪੌਣੇ 4 ਕਿਲੋ ਲੈ ਕੇ ਆਉਂਦਾ ਜਿਹਨੇ ਬਠਿੰਡਾ ਜਿਹੜਾ ਉਹ ਸੋਨਾ ਸੀ ਉਹ ਜਿਹੜੇ ਦੋ ਬੈਗ ਸੀ ਡਿਲੀਵਰ ਕਰਨੇ ਸੀ ਤਾਂ ਦੋ ਪੁਲਿਸ ਮੁਲਾਜ਼ਮ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਦੇ ਵਿੱਚ ਸੀ ਤਾਂ ਇੱਕ ਸਿਵਲ ਬੰਦਾ ਤਾਂ ਪੂਰੀ ਜਾਂਚ ਵੀ ਚ ਕਰਦੇ ਨੇ ਧੋਖੇ ਦੇ ਵਿੱਚ ਲੈ ਕੇ ਨੌਜਵਾਨ ਤੋਂ ਜਲਦੀ ਟ੍ਰੇਨ ਦੇ ਵਿੱਚੋਂ ਜਿਹੜੇ ਦੋ ਬੈਗ ਨੇ ਸੋਨੇ ਦੇ ਭਰੇ ਹੋਏ ਖੋਕੇ ਛਾਲ ਮਾਰ ਦਿੱਤੀ ਜਾਂਦੇ ਤਾਂ ਨਾਲ ਦੀ ਨਾਲ ਕਿਉਂਕਿ ਬੈਗਾਂ ਦੇ ਵਿੱਚ ਕੋਰੀਅਰ ਸਰਵਿਸ ਦੇ ਵੱਲੋਂ ਜੀਪੀਐਸ ਸਿਸਟਮ ਲੱਗਿਆ ਹੋਇਆ ਸੀ ਨਾਲ ਦੇ ਨਾਲ ਪੂਰਾ ਜਿਹੜਾ ਮਾਮਲਾ ਉਹ ਜੀਪੀਐਸ ਤੋਂ ਟਰੈਕ ਕੀਤਾ ਜਾਂਦੇ ਨੇ ਤੇ ਅਲੱਗ-ਅਲੱਗ ਜਗ੍ਹਾ ਤੇ ਨਾਕਾ ਬੰਦੀ ਦੌਰਾਨ ਬਠਿੰਡੇ ਪੁਲਿਸ ਦੇ ਨਾਲ ਜਾ ਕੇ ਉਹ ਜਿਹੜੇ ਲੁਟੇਰੇ ਨੇ ਦੋ ਪੁਲਿਸ ਮੁਲਾਜ਼ਮਿਕ ਸਿਵਲ ਉਹਨਾਂ ਦੀ ਝੜਪ ਹੁੰਦੀ ਆ ਜਿਹੜੀ ਜਾਣਕਾਰੀ ਪੁਲਿਸ ਮੁਲਾਜ਼ਮ ਦੇ ਰਹੇ ਨੇ ਕਿ ਬਠਿੰਡੇ ਜਾ ਕੇ ਸੋਨਾ ਤੇ ਉਹਨਾਂ ਦੇ ਕੁਝ ਕਾਗਜ਼ ਪੱਤਰ ਆਧਾਰ ਕਾਰਡ ਜਿਨ੍ਹਾਂ ਤੋਂ ਪਤਾ ਲੱਗਿਆ ਕਿ ਪੁਲਿਸ ਮੁਲਾਜ਼ਮ ਉਹ ਕਨਫਰਮਡ ਸੀ ਕੋਈ ਡੁਪਲੀਕੇਟ ਨਹੀਂ ਸੀ ਉਹ ਉਹਨਾਂ ਤੋਂ ਬਰਾਮਦ ਹੋ ਜਾਂਦਾ ਪਰ ਕਿੰਨਾ ਕਿਤੇ ਝੜਪੁੱਦਾਂ ਰਾਣ ਜਿਹੜੇ ਹੈਗੇ ਨੇ ਉਹ ਤਿੰਨੋਂ ਲੁਟੇਰੇ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਦਿੱਤੀ ਜਾਣਕਾਰੀ ਦੇ ਅਨੁਸਾਰ ਹੁਣ ਤੱਕ ਲਗਾਤਾਰ ਜਾਂਚ جاری ਆ ਸੋਨਾ ਪਾਉਣੇ 2 ਕਰੋੜ ਰੁਪਏ ਦਾ ਬਰਾਮਦ ਹੋ ਗਿਆ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਜਿਹੜੀ ਭਾਲ ਆ جاری ਆ ਚਰਨਜੀਤ ਕੌਸ਼ਲ ਸੰਗਰੂਰ ਤੋਂ ਨਿਊਜ਼ ਰੇਟਿੰਗ ਪੰਜਾਬ